ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਸੁਰੱਖਿਆ 'ਚ ਤੈਨਾਤ ਪੰਜਾਬ ਪੁਲਿਸ ਦੇ ਦੋ ਜਵਾਨ ਆਪਸ 'ਚ ਉਲਝ ਗਏ। ਬਹਿਸਬਾਜ਼ੀ ਇੱਥੋਂ ਤੱਕ ਵੱਧ ਗਈ ਕਿ ਇੱਕ ਦੂਜੇ 'ਤੇ ਖੂਨੀ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਕਮਰੇ 'ਚ ਸੁੱਤੇ ਗਨਮੈਨ ਗੁਰਦੀਪ ਸਿੰਘ 'ਤੇ ਦੂਜੇ ਗਨਮੈਨ ਅਰੁਣ ਕੁਮਾਰ ਨੇ ਹਮਲਾ ਕਰ ਦਿੱਤਾ, ਜਿਸ 'ਚ ਗੁਰਦੀਪ ਸਿੰਘ ਜ਼ਖਮੀ ਹੋ ਗਿਆ ਅਤੇ ਉਸਨੂੰ ਮਾਨਸਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ ਅਰੁਣ ਕੁਮਾਰ ਗਨਮੈਨ ਵੱਲੋਂ ਗੁਰਦੀਪ ਸਿੰਘ 'ਤੇ ਆਪਣੇ ਕੜੇ ਨਾਲ ਸਿਰ 'ਤੇ ਹਮਲਾ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਮਸਲਾ ਦੇਖੋ ਬਹੁਤ ਵੱਡਾ ਨਹੀਂ ਹੈਗਾ, ਲੇਕਿਨ ਪੱਤਰਕਾਰ ਭਰਾ ਸਵੇਰ ਤੋਂ ਕਈ ਵਾਰੀ ਪੁੱਛ ਰਹੇ ਸੀਗੇ, ਇਸ ਕਰਕੇ ਅਸੀਂ ਸੋਚਿਆ ਇੱਕ ਵਾਰੀ ਸਾਰਿਆਂ ਨੂੰ ਬੁਲਾ ਕੇ ਦੱਸ ਦਈਏ। ਸੂਚਨਾ ਇਹ ਮਿਲੀ ਹੈ ਵੀ ਰਾਤ ਵਕਤ ਤਕਰੀਬ 10:30-11 ਵਜੇ ਦਾ ਸੀਗਾ, ਤਾਂ ਤਰੀਕ ਸੀਗੀ 30/8/2024। ਸਾਹਿਬ ਬਲਕੌਰ ਸਿੰਘ ਜਿਹੜੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ, ਉਹਨਾਂ ਦੇ ਨਾਲ ਸੁਰੱਖਿਆ 'ਚ ਤੈਨਾਤ 3 ਸਿਪਾਹੀਆਂ ਦੀ ਆਪਸ 'ਚ ਮਾਮੂਲੀ ਲੜਾਈ ਹੋ ਗਈ। ਸਿਪਾਹੀ ਗੁਰਦੀਪ ਸਿੰਘ ਫਸਟ ਕਮਾਂਡੋ ਬਟਾਲੀਅਨ ਕੰਨਿਓ ਉਹਨਾਂ ਦੀ ਡਿਊਟੀ ਨਾਲ ਡਿਊਟੀ ਲੱਗਿਆ ਹੋਇਆ, ਅਤੇ ਅਰੁਣ ਕੁਮਾਰ 4th IRB ਕੰਨਿਓ ਅਤੇ ਵਿਕਰਮ ਸਿੰਘ 5th IRB ਵੱਲੋਂ ਸੁਰੱਖਿਆ ਡਿਊਟੀ ਲਈ ਤੈਨਾਤ ਨੇ। ਗੁਰਦੀਪ ਸਿੰਘ ਨੇ ਦੱਸਿਆ ਵੀ ਕਿਸੇ ਨੇ ਜੀ ਮਸਲੇ ਨੂੰ ਲੈ ਕੇ ਇਹਨਾਂ ਨਾਲ ਪਹਿਲਾਂ ਉਹਦੀ ਬਹਿਸਬਾਜ਼ੀ ਹੋ ਗਈ, ਬਾਅਦ 'ਚ ਉਹਨਾਂ ਦੋਵਾਂ ਨੇ ਉਹਨੂੰ ਕੁੱਟਿਆ। ਮਾਮੂਲੀ ਲੜਾਈ ਹੋਈ ਹੈ, ਵਿਕਰਮ ਦੇ ਸਿਰ 'ਚ ਸੱਟ ਵੱਜੀ ਹੈ। ਉਹਦਾ ਕਹਿਣਾ ਵੀ ਅਰੁਣ ਕੁਮਾਰ ਦੇ ਜਿਹੜਾ ਕੜਾ ਪਾਇਆ ਸੀ ਨਾ ਉਹਦੇ ਨਾਲ ਉਹਦੇ ਸਿਰ 'ਚ ਸੱਟ ਲੱਗੀ ਹੈ। ਗੁਰਦੀਪ ਸਿੰਘ ਹਸਪੀਟਲ ਦਾਖਲ ਹੋ ਗਿਆ, MLA ਉਹਦੀ ਆ ਗਈ, ਪੜਤਾਲ ਕੀਤੀ ਜਾ ਰਹੀ ਹੈ ਡੂੰਘਾਈ ਨਾਲ। ਜਿਹੇ ਜਿਹੇ ਹਾਲਾਤ ਹੋਣਗੇ ਉਹੀ ਜੀ ਕਾਨੂੰਨੀ ਅਤੇ ਮਹਿਕਮਾ ਨਾਲ ਕਾਰਵਾਈ ਦੋਵੇਂ ਅਮਲ 'ਚ ਰਹਿੰਦੇ ਹੋ। ਬਾਕੀ ਦੇਖੋ ਹੁਣ ਦੇਖੋ ਦੋਨੇ ਉਹ ਇੱਕ ਕਹਿੰਦਾ ਕਹਿੰਦਾ ਉਹਦਾ ਕਸੂਰ ਹੈ, ਦੂਜਾ ਕਹਿੰਦਾ ਉਹਦਾ ਕਸੂਰ ਹੈ, ਸਾਰੀ ਡੰਗਾਈ ਨਾਲ ਪੜਤਾਲ ਕਰਕੇ ਜਿਹਦਾ ਕਸੂਰ ਹੋਊਗਾ ਉਹਨੂੰ ਸਿਰ। ਦੇਖੋ ਹਾਲ ਦੀ ਕੜੀ ਰਿਕਾਰਡ 'ਤੇ ਕੁਛ ਨਹੀਂ ਹੈਗਾ, ਅਤੇ ਪਰ ਜੇ ਕਿਸੇ ਨੇ ਪੀਤੀ ਹੋਊਗੀ ਤਾਂ ਮੈਡੀਕਲੀ ਉਹਦਾ ਸਾਰਾ ਮੋਬਾਈਲ ਨਾਲ ਕਰਾ ਕੇ ਰਿਪੋਰਟ ਲੈ ਕੇ ਕਾਰਵਾਈ ਕਰਾਂਗੇ। ਮੂੰਹ ਜਵਾਨੀ ਕਹੀ ਤਾਂ ਗੱਲ ਦਾ ਇਹ ਤਕਰੀਬਨ 11-11:30 ਦੇ ਵਿਚਾਲੇ ਦਾ ਵਾਕਿਆ ਹੈਗਾ, 11:45 'ਤੇ ਆ ਕੇ ਇਹ ਹੋਸਪਿਟਲ ਦਾਖਲ ਹੋਇਆ ਹੈ। ਦੋਵੇਂ ਗਨਮੈਨ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਸੁਰੱਖਿਆ 'ਚ ਤੈਨਾਤ ਨੇ ਅਤੇ ਬੀਤੀ ਰਾਤ ਆਪਸ 'ਚ ਹੋਈ ਕਹਾਸੁਣੀ ਨੂੰ ਲੈ ਕੇ ਹੱਥੋਂ ਪਾਈ ਹੋ ਗਏ, ਜਿਸ 'ਚ ਇੱਕ ਗਨਮੈਨ ਗੰਭੀਰ ਰੂਪ 'ਚ ਜ਼ਖਮੀ ਹੋਇਆ ਅਤੇ ਜਿਸ ਦਾ ਇਲਾਜ ਮਾਨਸਾ ਦੇ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਅਤੇ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਨਸਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ।